ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਮੀਂਹ ਦੇ ਕਾਰਨ ਪਾਵਰ ਸਟੇਸ਼ਨ ਵਿੱਚ ਭਰਿਆ ਪਾਣੀ ਲੋਕਾਂ ਨੇ ਜਾਗ ਕੇ ਕੱਟੀ ਰਾਤ ਫਗਵਾੜਾ ਦੇ ਵਿੱਚ ਬੀਤੀ ਰਾਤ ਬਿਆ ਮੀ ਕਹਿਰ ਬਣ ਕੇ ਵਰਿਆ ਤੇ ਬੀਤੀ ਜਾਣਕਾਰੀ ਦੇ ਮੁਤਾਬਕ ਤੇਜ਼ ਹਨੇਰੀ ਦੇ ਨਾਲ ਪਾਏ ਮੀਂਹ ਦੇ ਕਾਰਨ ਕਈ ਥਾਵਾਂ ਤੇ ਪੇੜ ਜ਼ਮੀਨ ਤੋਂ ਉਖੜ ਕੇ ਡਿੱਗ ਗਏ ਜਿਸ ਕਾਰਨ ਇੱਕ ਦੋ ਜਗ੍ਹਾ ਤੇ ਪੁਰਾਣੀਆਂ ਇਮਾਰਤਾਂ ਦੇ ਹਿੱਸੇ ਡਿੱਗਣ ਦੀ ਸੂਚਨਾ ਮਿਲੀ ਉੱਥੇ ਕੁਝ ਥਾਵਾਂ ਤੇ ਕੰਦਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦੀ ਸੂਚਨਾ ਹੈ ਬੀਤੀ ਰਾਤ ਲੋਕਾਂ ਨੇ ਬਿਨਾਂ ਬਿਜਲੀ ਤੋਂ ਗਰਮੀ ਚੱਲਦੇ ਹੋਏ ਪਰੇਸ਼ਾਨੀ ਦੇ ਨਾਲ ਰਾਤ ਕੱਟਣ ਦੀ ਕਟਨੀ ਪਈ ਸੋ ਦਸ਼ਮੇਸ਼ ਨਗਰ ਦੇ ਸਮੇਤ ਖੇਤਰਾਂ ਦੇ ਵਿੱਚ ਬਿਜਲੀ ਸਪਾਈ ਰਿਕਾਰਡ 14 ਘੰਟਿਆਂ ਤੋਂ ਜ਼ਿਆਦਾ ਸਮਾਂ ਬੰਦ ਰਹੀ ਜਿਸ ਕਾਰਨ ਹਸ਼ਿਆਰਪੁਰ ਰੋਡ ਤੇ ਮੌਜੂਦਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੇਨ ਬਿਜਲੀ ਘਰ ਦੇ ਵਿੱਚ ਮੀਂਹ ਦਾ ਪਾਣੀ ਭਰਨ ਤੋਂ ਬਾਅਦ ਇਹ ਜਿਹੜਾ ਕੰਮ ਵਧ ਗਿਆ ਸਿਦਾਰਥ ਸ਼ੁਕਲਾ ਦੇ ਦੇਹਾਂਤ ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ ਕਿਹਾ ਇਸ ਉਮਰ ਵਿੱਚ ਜਾਣਾ ਇੱਕ ਸਦਮੇ ਦੀ ਤਰ੍ਹਾਂ ਅਦਾਕਾਰ ਸਿਦਾਰਥ ਸ਼ੁਕਲਾ ਦੀ ਅਚਾਨਕ ਦੇਹਾਂਤ ਦੇ ਨਾਲ ਪੂਰੀ ਇੰਡਸਟਰੀ ਸਤਵੇਂ ਦੇ ਵਿੱਚ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੋਸ਼ਲ ਮੀਡੀਆ ਦੇ ਉੱਪਰ ਤਮਾਮ ਸਤਾਰਿਆਂ ਅਤੇ ਫੈਨਜ਼ ਦੁੱਖ ਜ਼ਾਹਰ ਕਰ ਰਹੇ ਹਨ ਉਹਨਾਂ ਦੇ ਪਰਿਵਾਰ ਤੇ ਪ੍ਰਤੀ ਹਮਦਰਦੀ ਪ੍ਰਗਟ ਕਰ ਰਹੇ ਹਨ ਇਸੇ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਦੁੱਖ ਜਤਾਇਆ ਹੈ ਦਰਅਸਲ ਰਾਹੁਲ ਗਾਂਧੀ ਨੇ ਇੱਕ ਫੇਸਬੁੱਕ ਤੇ ਪੋਸਟ ਪੋਸਟ ਕੀਤੀ ਹੈ ਜਿਸ ਦੇ ਵਿੱਚ ਪੋਸਟ ਸਾਂਝੀ ਕਰਦਾਂ ਲਿਖਿਆ ਕਿ ਸ਼ਿਦਾਰਥ ਸ਼ੁਕਲਾ ਦੇ ਪਰਿਵਾਰ ਦੋਸਤਾਂ ਫੈਨਸ ਦੇ ਪ੍ਰਤੀ ਮੇਰੀ ਹਮਦਰਦੀ ਇਸ ਤਰ੍ਹਾਂ ਛੋਟੀ ਉਮਰ ਦੇ ਵਿੱਚ ਅਦਾਕਾਰ ਦੇ ਦੇਹਾਂਤ ਦੀ ਖਬਰ ਪੂਰੇ ਦੇਸ਼ ਨੂੰ ਸਦਮੇ ਦੇ ਵਿੱਚ ਸਦਮੇ ਦੀ ਲਹਿਰ ਹੈ ਜਿਸਕਰ ਜੋਗ ਹੈ ਕਿ ਸਰਦਾਰਥ ਸ਼ੁਕਲਾ ਦੀ ਦੀਦੀ ਤੇ ਜੀਜਾ ਜੀ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲੈ ਕੇ ਗਏ ਸਨ ਜਿੱਥੇ ਉਹਨਾਂ ਦੀ ਮੌਤ ਹੋਣ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਹੈ ਅਮਰੀਕੀ ਫੌਜ ਦੀ ਵਾਪਸੀ ਤੇ ਖੱਬੇਪੱਖੀ ਸਾਜ਼ਿਸ਼ ਤਾਂ ਨਹੀਂ ਤਾਕਤਵਰ ਅਮਰੀਕੀ ਫੌਜਾਂ ਨੂੰ ਵਾਪਸ ਅਫਗਾਨਿਸਤਾਨ ਤੋਂ ਅਚਾਨਕ ਵਾਪਸੀ ਦੇ ਫੈਸਲੇ ਨਾਲ ਦੁਨੀਆ ਹੈਰਾਨ ਹੈ ਤੇ ਪੂਰਨ ਰੂਪ ਦੇ ਨਾਲ ਫੌਜ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਘਟਨਾ ਕਰਮ ਕਿਸ ਤਰ੍ਹਾਂ ਦੀ ਕਰਵਟ ਲਵੇਗਾ ਇਹ ਸਵਾਲ ਦਾ ਜਵਾਬ ਅੰਤਰਰਾਸ਼ਟਰੀ ਜੰਗੀ ਅਤੇ ਕੂਟਨੀਤਿਕ ਜਾਣਕਾਰਾਂ ਕੋਲੇ ਵੀ ਨਹੀਂ ਆ ਹੁਣ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਸੰਸਦ ਜਿਮ ਬੈਂਕਸ ਨੇ ਬਿਆਨ ਤੋਂ ਬਾਅਦ ਇਸ ਬੁਝਾਰਤ ਤੇ ਪਈ ਕੂੜ ਉੱਡਦੀ ਦਿਸ ਰਹੀ ਹੈ ਦਰਅਸਲ ਇਹ ਸਵਾਲ ਪੂਰੀ ਦੁਨੀਆ ਚ ਉੱਠ ਰਿਹਾ ਹੈ ਕਿ ਅਮਰੀਕਾ ਦਾ ਮਿੱਤਰ ਰਾਸ਼ਟਰਾਂ ਦੀਆਂ ਫੌਜਾਂ ਦੀਆਂ ਕਮਜ਼ੋਰ ਹਨ ਕਿ ਲੋਕਤੰਤਰ ਅਤੇ ਮਾਨਵਤਾ ਵਿਰੋਧੀ ਤਾਲਿਬਾਨ ਦੇ ਸਾਹਮਣੇ ਕੂੜ ਦੇ ਟੇਕ ਦੇਣ ਦੀਆਂ ਇਸ ਪਿੱਠਭੂਮੀ ਨੂੰ ਹੁਣ ਸਮਝ ਆ ਗਿਆ ਕਿ ਅਮਰੀਕਾ ਦੇ ਜੋ ਬਾਈਡਨ ਦੀ ਅਗਵਾਈ ਵਾਲੇ ਡੈਮੋਕ੍ਰੈਟਿਕ ਸਰਕਾਰ ਦਾ ਸਭ ਕੀਤਾ ਕਤਰਾਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਰਨਲ ਜੇਜੇ ਸਿੰਘ ਵੱਡੀ ਖਬਰ ਹੈ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱੱਟ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਚੋਣਾਂ ਤੋਂ ਪਹਿਲਾਂ ਕਈ ਨਵੇਂ ਚਿਹਰਿਆਂ ਦੀ ਉਮੀਦ ਕੀਤੀ ਜਾ ਰਹੀ ਸੀ ਸਾਰੀਆਂ ਪਾਰਟੀਆਂ ਹੁਣ ਚੋਣ ਪ੍ਰਚਾਰ ਦੇ ਵਿੱਚ ਬੁਰੀ ਤਰ੍ਹਾਂ ਸਰਗਰਮ ਸੰਨ ਹੁਣ ਇੱਕ ਵੱਡੀ ਜਗ੍ਹਾ ਪਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਫੌਜ ਮੁਖੀ ਜਨਰਲ ਜੇ ਜੇ ਸਿੰਘ ਰਾਜਨੀਤੀ ਵਿੱਚ ਨਵੀਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ ਇਸ ਵੇਲੇ ਆਮ ਆਦਮੀ ਪਾਰਟੀ ਹਾਈ ਕਮਾਂਡ ਦੇ ਸੰਪਰਕ ਵਿੱਚ ਹਨ ਉਹਨਾਂ ਨੇ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਪਰ ਕਿਹਾ ਜਾ ਰਿਹਾ ਹੈ ਕਿ ਜੇ ਜੇ ਸਿੰਘ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਸਕਦੇ ਹਨ ਫਿਲਹਾਲ ਇਸ ਮਾਮਲੇ ਦੀ ਚਰਚਾ ਸਿਆਸਤ ਦੇ ਗਲਾਰਿਆਂ ਵਿੱਚ ਤੇਜ਼ੀ ਨਾਲ ਚੱਲ ਰਹੀ ਹੈ ਸੀਆਈਏ ਸਟਾਫ ਦੇ ਇੰਚਾਰਜ ਪੁਲਸ਼ ਪੁਸ਼ਪ ਬਾਲੀ ਤੇ ਐਫਆਈਆਰ ਵਿਧਾਇਕ ਤੇ ਕੇਸ ਨਾ ਕਰਨ ਤੇ ਹਾਈਵੇ ਜਾਮ ਕਰਨਗੇ ਪਰਿਵਾਰਕ ਮੈਂਬਰ ਧਰਮਪਾਲ ਸੁਸਾਇਡ ਕੇਸ ਦੇ ਵਿੱਚ ਆਕਰ ਕਰ ਲਾਂਬੜਾ ਪੁਲਿਸ ਨਹੀਂ ਸੀਆਈਏ ਸਟਾਫ ਜਲੰਧਰ ਦੇ ਰੂਲਰ ਪੁਲਿਸ ਇੰਸਪੈਕਟਰ ਇਨਚਾਰਜ ਪੁਸ਼ਪ ਬਾਲੀ ਦੇ ਖਿਲਾਫ ਕੇਸ ਦਰਜ ਕਰ ਲਿਆ ਹਾਲਾਂਕਿ ਪੁਲਿਸ ਨੇ ਅਜੇ ਤੱਕ ਵਿਧਾਇਕ ਚੌਧਰੀ ਨੂੰ ਨਾਮਜ਼ਦ ਨਹੀਂ ਕੀਤਾ ਜਿਸ ਕਾਰਨ ਮ੍ਰਿਤਕ ਦੇ ਪਰਿਵਾਰਾਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਜੇਕਰ ਕਾਂਗਰਸੀ ਵਿਧਾਇਕ ਦੇ ਐਫਆਈਆਰ ਦਰਜ ਨਾ ਹੋਈ ਤਾਂ ਉਹ ਹਾਈਵੇ ਜਾਮ ਕਰਨਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਅਟਾਰੀ ਵਾਗਾ ਸਰਹੱਦ ਦੇ ਅਫਗਾਨਿਸਤਾਨ ਤੋਂ ਮੁੜ ਸ਼ੁਰੂ ਹੋਇਆ ਸੁੱਕੇ ਮੇਵਿਆਂ ਦਾ ਵਪਾਰ ਦਰਾਂਦਕਾਰਾਂ ਨੂੰ ਰਾਹਤ ਤਾਲਿਬਾਨ ਨੇ ਅਫਗਾਨਿਸਤਾਨ ਤੇ ਪੂਰੀ ਤਰ੍ਹਾਂ ਕਬਜ਼ੇ ਤੋਂ ਬਾਅਦ ਉਧਰੋਂ ਅਸਥਾਈ ਤੌਰ ਤੇ ਬੰਦ ਹੋਇਆ ਸੁੱਕੇ ਮੇਵਿਆਂ ਦਾ ਕਾਰੋਬਾਰ ਅੰਮ੍ਰਿਤਸਰ ਦੀ ਅਟਾਰੀ ਵਾਗਾ ਸਰਹੱਦ ਅਧਿਕਾਰਤ ਚੈੱਕ ਪੋਸਟ ਤੇ ਮੁੜ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਪੀਪੀਐਸ ਅਧਿਕਾਰੀ ਨੂੰ ਕੀਤਾ ਮੁੱਤਲ ਪੰਜਾਬ ਸੂਬਾ ਸਰਕਾਰ ਦੇ ਵੱਲੋਂ ਲੰਬੀ ਜਾਂਚ ਤੋਂ ਬਾਅਦ ਪੀ ਪੀਐਸ ਅਧਿਕਾਰੀ ਬੀਐਸ ਸੇਖ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਡੀਐਸਪੀ ਬਲਵਿੰਦਰ ਸਿੰਘ ਸੇਖੋ ਦੇ ਵਿਰੁੱਧ ਚਾਰਜ ਸ਼ੀਟ ਫਰਵਰੀ 2020 ਦੇ ਵਿੱਚ ਜਾਰੀ ਕੀਤੀ ਗਈ ਸੀ ਰਾਜ ਸਰਕਾਰ ਨੇ ਇਸ ਕਾਰਵਾਈ ਦੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਗਿਆ ਸੀ ਜਿਸ ਤੇ ਬਾਵਜੂਦ ਕੋਈ ਵੱਡੀ ਰਾਹਤ ਨਹੀਂ ਮਿਲੀ ਗੜਸ਼ੰਕਰ ਤੋਂ ਖੌਫਨਾਕ ਵਾਰਦਾਤ ਦਿਨ ਦਿਹਾੜੇ 9:30 ਨੌਜਵਾਨ ਦਾ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਕਤਲ ਵਾਰਡ ਨੰਬਰ 2 ਦੇ ਵਿੱਚ ਗਲੀ ਨੰਬਰ 3 ਦੇ ਵਿੱਚ ਸਵੇਰੇ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਵਾਰਡ ਟੋਕ ਕਰਕੇ ਕਤਲ ਕਰ ਦਿੱਤਾ ਗਿਆ ਗੁਰਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਸਵੇਰੇ ਸਵਾ 9:00 9 ਵਜੇ ਘਰ ਦੇ ਅੰਦਰ ਹੀ ਤੇਜ਼ ਤਰ੍ਹਾਂ ਹਥਿਆਰਾਂ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਮੋਹਾਲੀ ਦੇ ਨਵੇਂ ਕ੍ਰਿਕਟ ਸਟੇਡੀਅਮ ਨੂੰ ਮਾਨਤਾ ਹੋਣਗੇ BCCI ਦੇ ਵੱਡੇ ਕ੍ਰਿਕਟ ਟੂਰਨਾਮੈਂਟ ਇਹ ਹੋਵੇਗਾ ਮੁਕਾਬਲਿਆਂ ਦਾ ਸ਼ਡਿਊਲ ਬੀਸੀਸੀਆਈ ਦੇ ਰਾਸ਼ਟਰੀ ਪੱਧਰ ਦੇ ਕ੍ਰਿਕਟ ਟੂਰਨਾਮੈਂਟ ਵੀ ਮੋਹਾਲੀ ਦੇ ਨਵੇਂ ਕ੍ਰਿਕਟ ਸਟੇਡੀਅਮ ਦੇ ਵਿੱਚ ਕਰਵਾਏ ਜਾਣਗੇ ਇਹ ਖੇਡ ਮੈਦਾਨ ਚੰਡੀਗੜ੍ਹ ਦੇ ਨਾਲ ਲੱਗਦੇ ਮੂਲਾਪੁਰ ਦੇ ਵਿੱਚ ਬਣਾਇਆ ਗਿਆ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਦੁਆਰਾ ਵਿਨੂ ਮਾਕੜ ਟਰੋਫੀ ਪੁਰਸ਼ਾਂ ਦੀ ਅੰਡਰ 25 ਸਟੇਟ A 1 ਡੇ ਵਿੱਚ ਹਜ਼ਾਰੇ ਟਰੋਫੀ ਅਤੇ ਸਿਕੂ ਨਾਇਡੂ ਟੂਰਨਾਮੈਂਟ ਦਾ ਇੱਕ ਹਿੱਸਾ ਆਈ ਐਸ ਬਿੰਦਰਾ ਸਟੇਡੀਅਮ ਪੀਸੀਏ ਮੁਹਾਲੀ ਤੇ ਮਹਾਰਾਜਾ ਯਾਦਵਿੰਦਰਾ ਵਿਖੇ ਆਯੋਜਿਤ ਕੀਤਾ ਜਾਵੇਗਾ ਟੂਰਨਾਮੈਂਟ ਦੀਆਂ ਇਹਨਾਂ ਤਰੀਕਾਂ ਨੂੰ ਆਯੋਜਿਤ ਕੀਤੇ ਜਾਣਗੇ ਅਗਲੀ ਵੱਡੀ ਖਬਰ ਹੈ ਜੇ ਤਲਵੰਡੀ ਸਾਬੋ ਵਿੱਚ ਕਾਂਗਰਸ ਦੀ ਰੈਲੀ 'ਚ ਚੱਲੀ ਗੋਲੀ ਦੋ ਜਣੇ ਜ਼ਖਮੀ ਕਾਂਗਰਸ ਦੀ ਰੈਲੀ ਦੇ ਦੌਰਾਨ ਅਚਾਨਕ ਗੋਲੀ ਚੱਲਣ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ ਗੋਲੀ ਚੱਲਣ ਸਾਰ ਹੀ ਰੈਲੀ ਦੇ ਵਿੱਚ ਚੱਕਲੋ ਚੱਕਲੋ ਹੋ ਗਈ ਮਤਲਬ ਰੋਲਾ ਪੈ ਗਿਆ ਰੈਲੀ ਵਿੱਚ ਜਿੰਨੇ ਵੀ ਲੋਕ ਪਹੁੰਚੇ ਸਨ ਸਭ ਡਰ ਗਏ ਜਾਣਕਾਰਾਂ ਦੇ ਅਨੁਸਾਰ ਤਲਵੰਡੀ ਸਾਬੋ ਚੋਂ ਕਾਂਗਰਸ ਦੀ ਰੈਲੀ ਚੱਲ ਰਹੀ ਸੀ ਇਸੇ ਦੌਰਾਨ ਹਲਕਾ ਇੰਚਾਰਜ ਖੁਸ ਬਾਜ ਜਟਾਣਾ ਦੇ ਬਾਡੀਗਾਰਡ ਦੀ ਬੰਦੂਕ ਵਿੱਚ ਅਚਾਨਕ ਗੋਲੀ ਚੱਲ ਪਈ ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਗੋਲੀ ਚੱਲੀ ਕਿਸੇ ਨੇ ਜਾਣ ਬੁੱਝ ਕੇ ਗੋਲੀ ਨਹੀਂ ਚਲਾਈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆਖਰ ਰੈਲੀ ਦੇ ਦੌਰਾਨ ਅਚਾਨਕ ਆਪਣੇ ਆਪ ਗੋਲੀ ਕਿਵੇਂ ਚੱਲ ਪਈ ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੀਆਂ ਯਾਤਰੀਆਂ ਦੇ ਲਈ ਖੁਸ਼ਖਬਰੀ ਹੁਣ ਰਾਤ ਨੂੰ ਇਸ ਟਾਈਮ ਵੀ ਮਿਲੇਗੀ ਬੱਸ ਸਰਵਿਸ। ਚੰਡੀਗੜ੍ਹ ਤੋਂ ਬੱਸ ਸਰਵਿਸ ਦੀ ਕਮੀ ਦੇ ਕਾਰਨ ਯਾਤਰੀਆਂ ਨੂੰ ਹਮੇਸ਼ਾ ਪਰੇਸ਼ਾਨੀ ਚੱਲਣੀ ਪੈਂਦੀ ਸੀ। ਸ਼ਾਮ ਨੂੰ ਆਲਮ ਇਹ ਹੁੰਦਾ ਕਿ ਚੰਡੀਗੜ੍ਹ ਤੋਂ ਜਲੰਧਰ ਆਉਣਾ ਹੋਵੇ ਤਾਂ ਜਲੰਧਰ ਤੋਂ ਚੰਡੀਗੜ੍ਹ ਜਾਣਾ ਹੋਵੇ ਤਾਂ ਆਸਾਨੀ ਨਾਲ ਬੱਸ ਨਹੀਂ ਮਿਲਦੀ ਹੁਣ। ਇਸ ਸਮੱਸਿਆ ਤੋਂ ਨਿਜਾਤ ਮਿਲ ਗਈਆਂ ਕਿਉਂਕਿ ਯਾਤਰੀਆਂ ਦੀ ਡਿਮਾਂਡ ਦੇ ਰਾਤ ਦੇ ਸਮੇਂ ਚੰਡੀਗੜ੍ਹ ਬੱਸ ਸਰਵਿਸ ਸ਼ੁਰੂ ਹੋ ਚੁੱਕੀ ਹੈ। ਰਾਤ 1:30 ਤੇ ਚੰਡੀਗੜ੍ਹ ਲਈ ਬੱਸ ਲੈ ਸਕਣਗੇ ਸਵੇਰੇ ਤੜਕਸਾਰ ਹੀ ਚੰਡੀਗੜ੍ਹ ਪਹੁੰਚ ਸਕਣਗੇ ਰਾਤ 8 ਵਜੇ ਤੋਂ ਬਾਅਦ ਤਿੰਨ ਸਮਿਆਂ ਦੇ ਲਈ ਚੰਡੀਗੜ੍ਹ ਬੱਸ ਚਲਾਈ ਜਾਵੇਗੀ ਪਹਿਲਾ 8:30 ਦੂਜਾ 10 ਤੇ ਤੀਜਾ 1:30 ਵਜੇ ਦੇ ਘਾਰੀਆਂ ਦਾ ਕਹਿਣਾ ਕਿ ਰਾਤ 1:30 ਵਜੇ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ ਪਰ ਯਾਤਰੀਆਂ ਨੂੰ ਚਾਹੀਦਾ ਕਿ ਬੱਸ ਚੱਲਣ ਬਾਰੇ ਜਾਣਕਾਰੀ ਪਹਿਲਾਂ ਹੀ ਲੈ ਲੈਣ ਅੱਜ ਹੋਵੇਗਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਕਾਂਗਰਸੀ ਵਿਧਾਇਕਾਂ ਨੂੰ ਹਾਜ਼ਰ ਹੋਣ ਦੀ ਵਿੱਪ ਜਾਰੀ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ 3 ਸਤੰਬਰ ਨੂੰ ਅੱਜ ਬੁਲਾਇਆ ਜਾ ਰਿਹਾ ਹੈ ਇਸ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਮੈਂਬਰਾਂ ਨੂੰ 9:30 ਵਜੇ ਵਿਧਾਨ ਸਭਾ ਦੇ ਵਿੱਚ ਹਾਜ਼ਰ ਹੋਣ ਦੇ ਲਈ ਵਿੱਪ ਜਾਰੀ ਕਰ ਦਿੱਤੀ ਗਈ ਹੈ ਸੋ ਦੋਸਤੋ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਭਗਵੰਤ ਮਾਨ ਸੁਖਪਾਲ ਖੈਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵਾਲੀ ਤਸਵੀਰ ਹੈ ਪੁਰਾਣੀ ਫਰਜੀ ਦਾਅਵੇ ਨਾਲ ਹੋ ਰਹੀ ਹੈ ਵਾਇਰਲ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਆਪ ਦੇ ਪੰਜਾਬ ਸੰਸਦ ਭਗਵੰਤ ਮਾਨ ਕਾਂਗਰਸ ਦੇ ਸੁਖਪਾਲ ਖਹਿਰਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੀਟਿੰਗ ਕਰਦੇ ਵੇਖਿਆ ਜਾ ਸਕਦਾ ਹੈ ਵਾਇਰਲ ਤਸਵੀਰ ਨਾਲ ਦਾਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੇ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਨੂੰ ਵੀ ਨਾਲ ਮਲਾ ਲਿਆ ਹੈ ਸੋ ਜਿਸ ਤੋਂ ਬਾਅਦ ਹੁਣ ਇਹ ਸੱਚ ਮੰਨਦਿਆਂ ਦੂਜੇ ਯੂਜ਼ਰ ਦੇ ਵੱਲੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕੀਤੀ ਜਾ ਰਹੀ ਹੈ ਤੇ ਵਿਸ਼ਵਾਸ ਨਿਊਜ਼ ਨੈਸ ਨੂੰ ਪੋਸਟ ਦੀ ਜਾਂਚ ਪਾਈ ਆ ਤਾਂ ਫਿਰ ਪੁਰਾਣੀ ਤਸਵੀਰਾਂ ਜਿਹੜੀ ਕਿ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪੜਤਾਲ ਦੇ ਵਿੱਚ ਤਸਵੀਰ ਕਿਸ ਚਾ ਕਿਸੇ ਲੀਡਰ ਨੇ ਮਾਸਕ ਨਹੀਂ ਪਾਇਆ ਜਦੋਂ ਕਿ ਮਹਾਮਾਰੀ ਵਿੱਚ ਮਾਸਕ ਪੈਨਣਾ ਬਹੁਤ ਜ਼ਰੂਰੀ ਹੈ ਹੁਣ ਕੋਰੋਨਾ ਮਹਾਮਾਰੀ ਦੇ ਕਰਕੇ ਸਾਨੂੰ ਸ਼ੱਕ ਹੋਇਆ ਕਿ ਤਸਵੀਰ ਬਾਬਾ ਪੁਰਾਣੀ ਲੱਗਦੀ ਹੈ ਜਲਿਆ ਵਾਲੇ ਬਾਗ ਦਾ ਨਵੀਨੀਕਰਨ ਦੇਖ ਪੜ ਗਿਆ ਰਣਜੀਤ ਬਾਵਾ ਸੋ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬੀ ਅਦਾਕਾਰ ਬੀਨੂ ਢੱਲੋਂ ਤੋਂ ਬਾਅਦ ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਵੀ ਭੜਕ ਚੁੱਕੇ ਨੇ ਉਹਨਾਂ ਨੇ ਵੀ ਜਲਿਆਂ ਵਾਲੇ ਨਮੀਨੀ ਕਰਨ ਦੇ ਬਾਗ ਦੇ ਉੱਪਰ ਜਿਹੜਾ ਸਵਾਲ ਚੁੱਕੇ ਨੇ ਬਾਵਾ ਨੇ ਫੇਸਬੁੱਕ ਪੇਜ ਤੇ ਪੋਸਟ ਸਾਂਝੀ ਕੀਤੀ ਉਹਨਾਂ ਦਾ ਗੁੱਸਾ ਸਾਹਮਣੇ ਆ ਰਿਹਾ ਜੀ ਉਹਨਾਂ ਨੇ ਲਿਖਿਆ ਕਿ ਸ਼ਹੀਦ ਉਦਮ ਸਿੰਘ ਦੇ ਬੁੱਤ ਪੰਜਾਬੀ ਬੋਲੀ ਇਤਿਹਾਸ ਮਟਾਉਣ ਨੂੰ ਲੈ ਕੇ ਆਪਣੇ ਜਜ਼ਬਾਤ ਸਾਂਝੇ ਕੀਤੇ ਨੇ ਬਾਵਾ ਲਿਖਦੇ ਨੇ ਕਿ ਸ਼ਹੀਦ ਉਦਮ ਸਿੰਘ ਦਾ ਬੁੱਤ ਕਿਸ ਪਾਸੇ ਲੱਗ ਰਿਹਾ ਦੂਜਾ ਪੰਜਾਬੀ ਬੋਲੀ ਹਿੰਦੀ ਤੋਂ ਥੱਲੇ ਧਿਆਨ ਨਾਲ ਪੜ ਕੇ ਆਇਓ ਕਿ ਬੁੱਤ ਦੇ ਦਿੱਤਾ ਹਿਸਟਰੀ ਨੂੰ ਵਿਗਾੜ ਦੇਣ ਧਿਆਨ ਮਾਰਿਓ ਸੋ ਬਹੁਤ ਜਿਹੜਾ ਗਲਤ ਚੀਜ਼ਾਂ ਉੱਥੇ ਕਹਿੰਦੇ ਲਿਖ ਦਿੱਤਾ ਹੈ ਆਪਣੀ ਹਿਸਟਰੀ ਅਤੇ ਮਾਂ ਬੋਲੀ ਤੇ ਕੇਂਦਰ ਉਹਨਾਂ ਨੇ ਕਿਹਾ ਜੀ ਹੌਲੀ ਹੌਲੀ ਤਾਵਾ ਬੋਲ ਰਹੀ ਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਰਾਜਾ ਵੜਿੰਗ ਦਾ ਬਿਆਨ ਸੀਐਮ ਕੌਣ ਬਣੇਗਾ ਇਹ ਫੈਸਲਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਰਨਗੇ ਗਦਰਵਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦਾ ਪੰਜਾਬ ਵਿੱਚ ਮੁੱਖ ਮੰਤਰੀ ਕੌਣ ਬਣੇਗਾ ਇਹ ਫੈਸਲਾ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੀ ਕਰ ਸਕਦੇ ਨੇ ਪੰਜਾਬ ਕਾਂਗਰਸ ਦੇ ਇਨਚਾਰਜ ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਗੱਦੜਪਾਹ ਤੋਂ ਵਿਧਾਇਕ ਨੇ মিডিਆ ਨੂੰ ਦੱਸਿਆ ਕਿ ਕਿਸੇ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਪ੍ਰਿੰਕਾ ਗਾਂਧੀ ਦਾ ਪੀਐਮ ਮੋਦੀ ਤੇ ਵਾਰ ਕਿਹਾ ਹਰ ਮਹੀਨੇ ਵਧ ਰਹੀਆਂ ਨੇ ਰਸੋਈ ਗੈਸ ਦੀਆਂ ਕੀਮਤਾਂ ਗੰਨੇ ਦਾ ਮੁੱਲ 3 ਸਾਲ ਤੋਂ ਕਿਉਂ ਨਹੀਂ ਵਧਿਆ ਗਾਂਧੀ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰ ਮਹੀਨੇ ਐਲਪੀਜੀ ਦੀਆਂ ਕੀਮਤਾਂ ਵਧਾਰੀ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ 3-4 ਮਹੀਨਾ ਦੇ ਵਿੱਚ 70 ਵਾਰ ਵਧ ਚੁੱਕੀਆਂ ਨੇ ਪ੍ਰਿੰਕਾ ਗਾਂਧੀ ਨੇ #ਮਹਿੰਗੇਦਨਗੰਨੇਦੀਆਂਕੀਮਤਾਂਵਧਾਉਣ ਨਾਲੇ ਟਰਵੀਟ ਕੀਤਾ ਸੀ ਕੀ ਬਣਿਆ ਸਰਕਾਰ ਤੇ ਕਾਂਗਰਸ ਦੀ 10 ਮੈਂਬਰੀ ਤਾਲਮੇਲ ਕਮੇਟੀ ਦੀ ਰੱਖੀ ਮੀਟਿੰਗ ਦਾ ਸੋ ਵੱਡੀ ਖਬਰ ਹੈ ਜੀ 10 ਮੈਂਬਰੀ ਕਮੇਟੀ ਦੀ 2 ਸਤੰਬਰ ਨੂੰ ਹੋਈ ਪਲੇਠੀ ਮੀਟਿੰਗ ਦੇ ਵਿੱਚ ਪੋਸਟਪੋਨ ਕਰ ਦਿੱਤੀ ਗਈ ਆ ਦੁਪਹਿਰ 2:30 ਵਜੇ ਇਹ ਮੀਟਿੰਗ ਰੱਖੀ ਗਈ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ ਗਰੀਬਾਂ ਦੇ ਲਈ ਮਿਲੇਗੀ ਇੰਟਰਨੈਟ ਸਬਸਿਡੀ ਸਪੀਡ ਵਧਾਉਣ ਦਾ ਸੁਝਾਅ ਇੰਟਰਨੈਟ ਕਨੈਕਟੀਵਿਟੀ ਨੂੰ ਬੜਾਵਾ ਦੇਣ ਦੇ ਲਈ ਟਰਾਈ ਨੇ ਗਰੀਬਾਂ ਨੂੰ ਇੰਟਰਨੈਟ 'ਤੇ ਸਬਸਿਡੀ ਦੇਣ ਦੀ ਸੁਵਾਰਚ ਕੀਤੀ ਹੈ ਟਰਾਈ ਨੇ ਪਿੰਡੂ ਇਲਾਕਿਆਂ ਵਿੱਚ ਬ੍ਰੌਡਬੈਂਡ ਇੰਟਰਨੈਟ ਕਨੈਕਸ਼ਨ ਲਈ ਪ੍ਰਤੀ ਵਿਅਕਤੀ 200 ਰੁਪਏ ਦੀ ਸਬਸਿਡੀ ਦੇਣੀ ਚਾਹੀਦੀ ਹੈ ਇਹ ਰਾਸ਼ੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਜ਼ਰੀਏ ਗਰੀਬਾਂ ਨੂੰ ਦਿੱਤੀ ਜਾ ਸਕਦੀ ਹੈ MBBS ਘਟੋ ਘਟ ਸਪੀਡ ਚਾਹੀਦੀ 2 MBBS ਉਹਨਾਂ ਨੇ ਕਿਹਾ ਜੀ 512GB ਤੋਂ ਵਧਾ ਦਿੱਤੀ ਜਾਵੇ ਨਿਲਾਮੀ ਨੂੰ ਤੇਜ਼ੀ ਲਿਆਉਣੀ ਚਾਹੀਦੀ ਆ ਇਹ ਵੀ ਸਲਾਹ ਟਰਾਈ ਨੇ ਦਿੱਤੀ ਆ ਸਕੂਲ ਸਿੱਖਿਆ ਵਿਭਾਗ ਵੱਲੋਂ ਵਜ਼ੀਫਾ ਸਕੀਮਾਂ ਦੇ ਹਿੱਥ ਅਪਲਾਈ ਕਰਨ ਦੀ ਆਖਰੀ ਮਿਤੀ 16 ਸਤੰਬਰ ਤੱਕ ਵਾਦਾ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਖ-ਵੱਖ ਵਜ਼ੀਫਾ ਸਕੀਮਾਂ ਦੇ ਅਧੀਨ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 6 16 ਸਤੰਬਰ ਤੱਕ ਦਾ ਵਾਦਾ ਕਰ ਦਿੱਤਾ ਇਹ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹੋਰ ਪਛੜੀਆਂ ਸ਼੍ਰੇਣੀਆਂ ਵਾਸਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ 11ਵੀਂ ਤੋਂ 12ਵੀਂ ਹੋਰ ਪਛੜੀਆਂ ਸ਼੍ਰੇਣੀਆਂ ਵਾਸਤੇ ਪ੍ਰੀ-ਮੈਂਟਿਕ ਸਕਾਲਰਸ਼ਿਪ 6ਵੀਂ ਤੋਂ 10ਵੀਂ ਅਤੇ ਆਦ ਸਕਾਲਰਸ਼ਿਪਾਂ ਲੈਣ ਦੇ ਵਾਸਤੇ ਤੁਸੀਂ ਹੁਣ 16 ਤੋਂ ਪਰ ਸਕਦੇ ਹੋ ਹਰੀਸ਼ रावत ਤੋਂ ਬਾਅਦ ਕਾਂਗਰਸ ਦੀ ਵਿਧਾਇਕ ਕੁਲਦੀਪ ਵੈਦ ਨੇ ਪੰਜ ਪਿਆਰ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ ਅਰੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ रावत ਵੱਲੋਂ ਪੰਜ ਪਿਆਰਾਂ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਦਾ ਮਸਲਾ ਪੂਰੀ ਤਰ੍ਹਾਂ ਸੁਲਝਾ ਨਹੀਂ ਹੁਣ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੇ ਵੀ ਪੰਜ ਪਿਆਰਾਂ ਨੂੰ ਲੈ ਕੇ ਵਿਵਾਦ ਪਿਆਨ ਦਿੱਤਾ ਕਾਂਗਰਸੀ ਵਿਧਾਇਕਾਂ ਨੇ ਕਿ ਵਿਧਾਇਕ ਵੈਦ ਨੇ ਕਿਹਾ ਕਿ ਅਸੀਂ ਸਾਰੇ ਪੰਜੇ ਪਿਆਰੇ ਹਾਂ ਇਸ ਤੇ ਕਿਸੇ ਨੂੰ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਜਦੋਂ ਅਸੀਂ ਘਰ ਵਿੱਚ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਪੰਜ ਸਿੱਖਾਂ ਨੂੰ ਬੁਲਾਇਆ ਜਾਂਦਾ ਉਹਨਾਂ ਪੰਜਾਂ ਪੰਜ ਪਿਆਰੇ ਮੰਨਿਆ ਜਾਂਦਾ ਇਸੇ ਤਰ੍ਹਾਂ ਉਨ੍ਹਾਂ ਦੀਆਂ ਗੱਲਾਂ ਨੂੰ ਧਾਰਮਿਕ ਮੁੱਦਾ ਨਹੀਂ ਬਣਾਉਣਾ ਚਾਹੀਦਾ ਹੁਣ ਹਰ ਐਤਵਾਰ ਟੀਕਾਕਰਨ ਕੇਂਦਰਾਂ 'ਚ ਲੱਗੇਗਾ ਕੋਵਿਡ ਦਾ ਦੂਜਾ ਟੀਕਾ ਪੰਜਾਬ ਸਰਕਾਰ ਨੇ ਦਿਨ ਕੀਤਾ ਨਾ ਅਧਾਰਤ ਦੂਜੀ ਖੁਰਾਕ ਦੇ ਮੱਦੇਨਜ਼ਰ ਸਾਰੇ ਟੀਕਾਕਰਨ ਕੋਵਿਡ ਟੀਕਾਕਰਨ ਕੇਂਦਰਾਂ ਦੇ ਵਿੱਚ ਐਤਵਾਰ ਨੂੰ ਕੋਵਿਡ ਦਾ ਦੂਜਾ ਟੀਕਾ ਲਾਇਆ ਜਾਵੇਗਾ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ ਆਮ ਟੀਕਾਕਰਨ ਸੈਸ਼ਨ ਐਤਵਾਰ ਨੂੰ ਛੱਡ ਕੇ ਬਾਕੀ ਹਫ਼ਤੇ ਦੇ ਦਿਨਾਂ ਦੌਰਾਨ ਜਾਰੀ ਰਹਿਣਗੇ 6 ਸਤੰਬਰ ਤੋਂ ਅਣਮਿਥੇ ਸਮੇਂ ਦੇ ਲਈ ਬੰਦ ਰਹਿਣਗੀਆਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਨੇ ਕਹਿੰਦੇ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਵੱਲੋਂ 6 ਸਤੰਬਰ ਤੋਂ ਅਣਮਿਥੇ ਸਮੇਂ ਲਈ ਹੜਤਾਲ ਕਰਨ ਦੀ ਵੱਡੀ ਖਬਰ ਸਾਹਮਣੇ ਆਈ ਹੈ 6 ਸਤੰਬਰ ਤੋਂ ਪਣ ਬੱਸਾਂ ਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਬੰਦ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਪੱਧਰ ਦਾ ਜਨਤ ਸੰਗਰਸ਼ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਯੂਨੀਅਨ ਵੱਲੋਂ 7 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਸ਼ ਅਗੇ ਪੱਕਾ ਮੋਰਚਾ ਲਾਇਆ ਜਾਵੇਗਾ ਪ੍ਰਾਈਵੇਟ ਥਰਮਲ ਮੱਝ ਵੇਚ ਕੇ ਕੂੜੀ ਲਈ ਦੁੱਧ ਪੀਣੋਂ ਗੈਰ ਲਿੱਦ ਸੁੱਟਣੀ ਪਈ ਪੰਜਾਬੀ ਕਹਾਵਤਾਂ ਜੀ ਸੋ ਪੰਜਾਬ ਦੇ ਵਿੱਚ ਲਾਏ ਥਰਮਲ ਪਲਾਂਟ ਲਾਉਣ ਦੇ ਮਾਮਲੇ ਪੂਰੀ ਤਰ੍ਹਾਂ ਸਟੀਕ ਬੈਠਦੇ ਆ ਕੰਪਨੀ ਨਾਲ ਸਮਝੌਤੇ ਕੀਤੇ ਸਨ ਤਾਂ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਥਰਮਲ ਪਲਾਂਟਾਂ ਨੂੰ ਵੱਡੀ ਪ੍ਰਾਪਤੀ ਵਜੋਂ ਪ੍ਰਚਾਰਿਆ ਸੀ ਸਿੱਟੇ ਸਾਹਮਣੇ ਆਉਣ ਤੇ ਪਤਾ ਲੱਗਿਆ ਕਿ ਇਹ ਸੌਦਾ ਪੰਜਾਬੀਆਂ ਨੂੰ ਕਿੰਨਾ ਮਹਿੰਗਾ ਪਿਆ ਖਾਸ ਤੌਰ ਤੇ ਕਾਂਗਰਸ ਸਰਕਾਰ ਨੇ ਸਰਕਾਰੀ ਥਰਮਲ ਪਲਾਂਟਾਂ ਨੂੰ ਕੁੰਜੇ ਲਾ ਕੇ ਬਿਜਲੀ ਦੇ ਪੱਕੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਨਿਰਪਰ ਕਰ ਲਿਆ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਰੁਜ਼ਗਾਰ ਖੁੱਸਿਆ ਤੇ ਨਵੇਂ ਰੁਜ਼ਗਾਰ ਦੀ ਸੰਭਾਵਨਾ ਮਿੱਟੀ ਚੋਂ ਮਿਲ ਗਈ ਲੋਕ ਆਪਣੀਆਂ ਜ਼ਮੀਨਾਂ ਵੀ ਗਵਾਈਆਂ ਤੇ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਵੀ ਨਹੀਂ ਸਿਈਆਂ ਸੋ ਅਗਲੀ ਵੱਡੀ ਖਬਰ ਹੈ ਜੀ ਆਰਐਸਐਸ ਦੇ ਕਿਸਾਨ ਸੰਗਠਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਤੋਂ ਨਾਖੋਚ 8 ਸਤੰਬਰ ਨੂੰ ਹੋਵੇਗਾ ਧਰਨਾ న్యూਸ ਏਜੰਸੀ ਪੀਡੀਆਈ ਦੇ ਅਨੁਸਾਰ ਰਾਸ਼ਟਰੀ ਸਵੈ ਸੇਵਕ ਸੰਘ ਜਾਨੀ ਕਿ ਆਰਐਸਐਸ ਦੇ ਨਾਲ ਜੁੜੇ ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਕੇਂਦਰ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਤੇ ਘੱਟੋ ਘਾਟ ਸਮਰਥਨ ਮੁੱਲ ਤੇ 31 ਅਗਸਤ ਤੱਕ ਦਿੱਤੇ ਗਏ ਅਲਟੀਮੇਟਮ ਦੇ ਕਾਰਵਾਈ ਕਰਨ ਦੇ ਵਿੱਚ ਅਸਫਲ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਲਾਗਤ ਤੈਅ ਹੋਣੀ ਚਾਹੀਦੀ ਹੈ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਣ ਦੇ ਲਈ ਨਵਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਬੀ ਕੇ ਐਸ ਕੈਸ਼ੀਅਰ ਕਸ਼ੋਰ ਸ਼ਰਮਾ ਨੇ ਬੁੱਧਵਾਰ ਨੂੰ ਇਹ ਪੱਤਰਕਾਰਾਂ ਨੂੰ ਮੰਗਾਂ ਦਸੀਆਂ ਨਸ਼ੇ ਵਾਲੀਆਂ ਗੋਲੀਆਂ ਸਣੇ ਵਿੱਤ ਮੰਤਰੀ ਦੇ ਸਾਲੇ ਜੋਜੋ ਦਾ ਫੜਿਆ ਕਰੀਬੀ ਥਾਣਾ ਥਰਮਲ ਦੀ ਪੁਲਿਸ ਨੇ ਹਜ਼ਾਰਾਂ ਨਸ਼ੇ ਦੀਆਂ ਗੋਲੀਆਂ ਸਨ ਇਹ ਮੁੱਲਜ਼ਮ ਕਾਬੂ ਕੀਤਾ ਜਿਸ ਨੂੰ ਕਥਿਤ ਤੌਰ ਤੇ ਇੱਕ ਮੰਤਰੀ ਦੇ ਸਾਲੇ ਦਾ ਕਰੀਬੀ ਦੱਸਿਆ ਜਾ ਰਿਹਾ ਇਸ ਮਾਮਲੇ ਦੇ ਸਬੰਧੀ ਥਾਣਾ ਥਰਮਲ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਅਤੇ ਰਜਨੀਸ਼ ਵਰਮਾ ਨੂੰ ਨਸ਼ਾ ਸਮਗਲਿੰਗ ਦੇ ਦੋਸ਼ੇਟਾਂ 7 27 ਅਗਸਤ 2021 ਨੂੰ ਗ੍ਰਿਫਤਾਰ ਕੀਤਾ ਸੀ ਮੁਲਜ਼ਮਾ ਦੀ ਨਿਸ਼ਾਨਦੇਹੀ ਤੇ ਰਤਨ ਨਗਰਗ ਨੂੰ ਬੁੱਧਵਾਰ ਸਵੇਰੇ 8 ਵਜੇ ਗੁਰੂ ਕੀ ਨਗਰੀ ਤੋਂ ਗ੍ਰਿਫਤਾਰ ਕੀਤਾ ਗਿਆ ਤੇ 500 ਨਸ਼ੇ ਵਾਲੀਆਂ ਗੋਲੀਆਂ 12000 ਰੁਪਏ ਨਗਦ ਤੇ ਡਰੱਗ ਮਨੀ ਬਰਾਮਦ ਕੀਤੀ ਗਈ ਗਰਗ ਦੇ ਖਿਲਾਫ ਨਸ਼ੇ ਵਾਲੇ ਪਦਾਰਥਾਂ ਦੀ ਸਮਕਲਿੰਗ ਦੇ ਦੋਸ਼ ਦੇ ਤਹਿਤ ਵੱਖ-ਵੱਖ ਤਰ੍ਹਾਂਾਂ ਮਾਰਦਜ਼ ਕੀਤੀਆਂ ਗਈਆਂ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਉਧਰੋਂ ਦਾ ਇੱਕ ਸਰੂਪ ਚੰਦ ਸਿੰਗਲਾ ਸ਼੍ਰੋਮਣੀ ਅਕਾਲੀ ਦਲ ਦੀ ਬਸਪਾ ਕੱਠ ਜੋੜ ਵਿਧਾਨ ਸਭਾ ਹਲਕੇ ਦੇ ਬਟਿੰਡਾ ਸ਼ਹਿਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਏ ਹਨ ਕਿ ਨਸ਼ਿਆਂ ਦਾ ਨੌਜਵਾਨ ਦੀ ਹੋਈ ਮੌਤ ਮਾਨਪ੍ਰੀਤ ਮਾਨਪ੍ਰੀਤ ਬਾਦਲ ਵਿੱਤ ਮੰਤਰੀ ਤੇ ਉਸ ਦਾ ਸਾਲਾ ਜੋ ਜੋ ਤੇ ਨਸ਼ਾ ਸਮਗਲਰ ਦੇ ਸਾਥੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਮੁਲਾਜ਼ਮਾਂ ਵੱਲੋਂ 11 ਸਤੰਬਰ ਨੂੰ ਚੰਡੀਗੜ੍ਹ ਵਿਖੇ ਸੂਬਾ ਪਧਰੀ ਮਹਾ ਰੋਸ ਰੈਲੀ ਤੇ ਮੁੱਖ ਮੰਤਰੀ ਦੀ ਰਹਿਸ਼ਦਾਰ ਰਹਿਸ਼ਵਲ ਰੋਸ ਮਾਰਚ ਕਰਨ ਦਾ ਐਲਾਨ ਸੋ ਪੰਜਾਬ ਯੂਟੀ ਮੁਲਾਜ਼ਮਤਾਂ ਨੇ ਪੰਚਨ ਚਨਰਜ ਸਾਂਝਾ ਫਰੰਟ ਦੀ ਮਹੱਤਵਪੂਰਨ ਮੀਟਿੰਗ ਸੈਕਟਰ 22 ਵਿੱਚ ਸਥਿਤ ਮੁਲਾਜ਼ਮ ਲਹਿਰ ਦੇ ਦਫ਼ਤਰ ਵਿਖੇ ਕੁਲਵਰਨ ਸਿੰਘ ਦੀ ਪ੍ਰਧਾਨਗੀ ਵਿੱਚ ਹੋਵੇਗੀ। ਅਡਾਨੀ ਬਣੇ ਫਿਰ ਏਸ਼ੀਆ ਦੇ ਦੂਜੇ ਤੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਆਦਮੀ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇੱਕ ਵਾਰ ਫਿਰ ਏਸ਼ੀਆ ਦੇ ਦੂਜੇ ਤੇ ਦੁਨੀਆ ਦੇ 14ਵੇਂ ਸਭ ਤੋਂ ਅਮੀਰ ਕਾਰੋਬਾਰੀ ਬਣ ਕੇ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਵਿੱਚ ਪਹਿਲੇ ਦੁਨੀਆ ਦੇ ਵਿੱਚ 12ਵੇਂ ਨੰਬਰ ਦੇ ਉੱਪਰ ਆ ਚੁੱਕੇ ਹਨ ਸੋ ਅਮੀਰ ਬਿਜ਼ਨਸਮੈਨ ਨੇ ਸੋ 1 ਸਤੰਬਰ ਨੂੰ ਆਈ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਸੰਪਤੀ 1199 ਡਾਲਰ ਦੇ ਨਾਲ ਦੂਜੇ ਨੰਬਰ ਤੇ ਨੇ 200 ਡਾਲਰ ਦੀ ਪਾਰ ਕਰ ਚੁੱਕੀ ਹੈ ਅਗਲੀ ਵੱਡੀ ਖਬਰ ਹੈ ਦੀ ਪੰਜਾਬੀ ਗਾਇਕ ਐਮੀ ਵਿਰਕ ਇੱਕ ਵਾਰ ਫਿਰ ਵਿਵਾਦਾਂਜੂ ਗੀਤ 'ਚ ਰਸੂਲ ਸ਼ਬਦ ਦੀ ਵਰਤੋਂ ਤੇ ਮੁ슬ਮ ਸਮਾਜ ਦੇ ਵੱਲੋਂ ਜਤਾਇਆ ਗਿਆ ਇਤਰਾਜ਼ ਸੋ ਮੁ슬ਮ ਸਮਾਜ ਨੇ ਗਾਣੇ ਦੇ ਵਿੱਚ ਸ਼ਬਦਾਂ ਦੀ ਵਰਤੋਂ ਤੇ ਇਤਰਾਜ਼ ਕੀਤਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਉਹਨਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਆ ਫਿਲਮ ਸੁਪਨਾ ਦੇ ਵਿੱਚ ਗਾਏ ਗਏ ਨੇ ਗੀਤ ਤੇ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ ਜੇ ਕੇਸ ਨਾ ਦਰਜ ਕੀਤਾ ਗਿਆ ਤਾਂ ਲੱਖਾਂ ਮੁਸਲਮਾਨ ਇਕੱਠੇ ਹੋ ਜਾਣਗੇ ਐਮੀ ਨੂੰ ਪਹਿਲਾਂ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਦੇ ਲਈ ਭਾਰਤ ਸਰਕਾਰ ਦੀ ਨਵੀਂ ਚਾਲ ਵੀਰ ਦਵਿੰਦਰ ਨੇ ਖੁੱਲੇ ਪੇਤ ਸੋ ਉਹਨਾਂ ਨੇ ਕਿਹਾ ਜੀਰੀ ਦੇ ਖਰੀਦ ਸੀਜ਼ਨ ਲਈ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗੇ ਮਾਪ ਡੰਡਾ ਦੀ ਅਨਖੇਦੀ ਕੀਤੀ ਹੈ ਜਿਹੜਾ ਭਾਰਤ ਸਰਕਾਰ ਨੇ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਤੋਂ ਬਦਲਾ ਲੈਣ ਦੀ ਨੀਤੀ ਨਾਲ ਕੀਤਾ ਹੈ ਅਟਾਰੀ ਬਾਟਰ ਤੇ ਲੱਗਾ ਦੇਸ਼ ਦਾ ਪਹਿਲਾ ਰੇਡੀਏਸ਼ਨ ਖੋਜ ਉਪਕਰਨ ਟਰੱਕਾਂ ਦਾ ਕਰੇਗਾ ਐਕਸ-ਰੇ ਸੋ ਪਾਕਿਸਤਾਨ ਦੇ ਅਫਗਾਨਿਸਤਾਨ ਦੀ ਚੱਲ ਰਹੀ ਸਥਿਤੀ ਦੇ ਵਿੱਚ ਤਸਕਰੀ ਨੂੰ ਰੋਕਣ ਦੇ ਲਈ ਭਾਰਤ ਦੇ 28 ਸਰਹੱਦ ਤੇ ਇੱਕ ਇਕੀਕ੍ਰਿਤ ਚੈੱਕਪੋਇੰਟ ਉੱਤੇ ਆਪਣਾ ਪਹਿਲਾ ਰੇਡੀਏਸ਼ਨ ਖੋਜ ਉਪਕਰਨ ਲਾਇਆ ਹੈ ਲੈਂਡਪੋਰਟ ਸਥਾਰਟੀ ਆਫ ਇੰਡੀਆ ਦੇ ਚੇਅਰਮੈਨ ਅਦਿੱਤਿਆ ਮਿਸ਼ਰਾ ਦੇ ਅਨੁਸਾਰ ਇਹ ਉਪਕਰਨ ਫੁੱਲ ਬਾਡੀ ਟਰੱਕ ਸਕੈਨਰ ਕਿਹਾ ਜਾਂਦਾ ਹੈ ਇਹ ਹਥਿਆਰ ਗੋਲਾਬ੍ਰੁੱਧ ਤੇ ਹੋਰ ਗੈਰ ਕਾਨੂੰਨੀ ਵਸਤੂਆਂ ਦੀ ਤਸਕਰੀ ਦਾ ਪਤਾ ਲਾਉਣ ਦੇ ਲਈ ਟਰੱਕ ਦਾ ਐਕਸਰਾ ਤੇ ਕਿਸੇ ਵੀ ਰੇਡੀਓ ਐਕਟਿਵ ਸਮਗਰੀ ਦੀ ਤਸਕਰੀ ਨੂੰ ਫੜ ਸਕਦਾ ਹੈ ਆਤਵਾਦੀਆਂ ਦੇ ਕੋਲੋਂ ਦੋ ਹੈਂਡ ਗ੍ਰੇਨੇਡ ਵੀ ਇਸੇ ਦੇ ਨਾਲ ਫੜੇ ਗਏ ਸਨ ਰੂਪਨਗਰ ਹਲਕੇ ਤੋਂ ਕਾਂਗਰਸ ਦੀ ਟਿਕਟ ਬਦਲਣ ਦੀ ਉੱਠੀ ਗਈ ਹੈ ਮੰਗ ਤੇ ਮੋਗਾ ਦੇ ਵਿੱਚ ਕਿਸਾਨਾਂ ਤੇ ਹੋਇਆ ਲਾਠੀ ਚਾਰਜ ਮੰਤਪਾਗਾ ਬਰਾੜ ਸੁਬਰਾੜ ਦੇ ਵੱਲੋਂ ਵੱਡਾ ਬਿਆਨ ਕਹਿੰਦੇ ਨਿਕਲ ਕੇ ਸਾਹਮਣੇ ਆਇਆ ਹੈ ਪੰਜਾਬ ਪੁਲਿਸ ਹੋਈ ਹੋਈ ਪਈਆ ਐ ਅੰਨੀ ਬੋਲੀ ਇਹਨਾਂ ਨੂੰ ਨਹੀਂ ਦਿਸਦਾ ਕਾਂਗਰਸੀ ਅਤੇ ਆਪ ਵਰਕਰ ਹੀ ਕਰ ਰਹੇ ਨੇ ਹਮਲੇ ਮਜੀਠੀਆ ਸੋ ਪੰਜਾਬ ਪੁਲਿਸ ਅੰਨੀ ਬੋਲੀ ਕਹਿੰਦੇ ਹੋਈ ਪਈਆ ਮਜੀਠੀਆ ਕਹਿੰਦੇ ਵੱਡੇ ਵੱਡੇ ਇਲਜ਼ਾਮ ਲਾਉਂਦੇ ਦਿਖਾਈ ਦੇ ਰਹੇ ਨੇ ਕਸਾਨਾ ਦੇ ਪੇਤ ਵਿੱਚ ਕਾਂਗਰਸ ਅਤੇ ਆਮ ਆਦਮੀ ਹੀ ਅਕਾਲੀ ਦਲ ਉੱਤੇ ਹਮਲਾ ਕਰ ਰਹੇ ਨੇ ਐਸਐਸਪੀ ਅਸ਼ਵਨੀ ਕਪੂਰ ਦਾ ਆਪਣੀ ਡਿਊਟੀ ਲਈ ਫੇਰਤੀ ਨਹੀਂ ਕਿਉਂਕਿ ਉਹ ਹਮਲਾ ਕਰਨ ਵਾਲੇ ਸਿਆਸੀ ਲੀਡਰਾਂ ਨੂੰ ਰੋਕਣ ਦੀ ਥਾਂ ਤੇ ਉਹਨਾਂ ਤੇ ਹੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਆਪਣੇ ਦੌਰੇ ਰੱਦ ਕਰਕੇ ਵਾਪਸ ਭੱਜ ਜਾਣ ਮਜੀਠੀਆ ਨੇ ਕਿਹਾ ਕਿ ਉਹਨਾਂ ਦੀਆਂ ਗੱਡੀਆਂ ਨੂੰ ਬੀਤੇ ਦਿਨੀਂ ਤਿੰਨ ਪ੍ਰੋਗਰਾਮਾਂ ਦੌਰਾਨ ਹਮਲਾ ਕੀਤਾ ਗਿਆ ਕਾਰਨ ਨੂੰ ਬੰਨ੍ਹ ਦਿੱਤਾ ਗਿਆ ਹਰ ਥਾਂ ਹੀ ਘੇਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਹੈ ਵਿਧਾਨ ਸਭਾ ਦਾ ਸਪੈਸ਼ਲ اجلاس ਅੱਜ ਹੋਵੇਗਾ ਜੀ ਕਾਂਗਰਸੀ ਵਿਧਾਇਕਾਂ ਨੂੰ ਹਾਜ਼ਰ ਰਹਿਣ ਦੀ ਵਿਪ ਬਜਾਰੀ ਕਰ ਦਿੱਤੀ ਤੇ ਸਾਬਕਾ ਅਡੀਸ਼ਨਲ ਸੈਸ਼ਨ ਜੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਨੇ ਸੋ ਖਬਰ ਹੈਗੀ ਆ ਜੀ ਸਿੱਧੂ ਰਾਜਨਿਤਿਕ ਲਈ ਬਿਲਕੁਲ ਜਾਣਕਾਰ ਨਹੀਂ ਬਲਟੋਖਾ ਨੇ ਕਾਂਗਰਸ ਤੇ ਲਾਏ ਨੇ આરોਪ ਸੋ ਇਹ આરોਪ ਕਿੰਨੇ ਕੁ ਸੱਚ ਨੇ ਤੁਸੀਂ ਕਮੈਂਟ ਸੈਕਸ਼ਨ ਚ ਲਿਖ ਸਕਦੇ ਹੋ ਦੋਸਤੋ 2022 ਦੀਆਂ ਚੋਣਾਂ ਦਾ ਸਮਾਂ ਆ ਗਿਆ ਹੈ ਤੇ ਕਾਂਗਰਸ ਤੋਂ ਜੋ ਵੀ ਹੋ ਰਿਹਾ ਕਿਸੇ ਤੋਂ ਲੁਕਿਆ ਨਹੀਂ ਸੋ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੱਡਾ ਬਿਆਨ ਦਿੱਤਾ ਹੈ ਤੇ ਪੰਜਾਬ ਦੇ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਯੂਪੀ ਪੰਜਾਬ ਗੁਆ ਮਨੀਪੁਰ ਦੇ ਵਿੱਚ ਚੋਣਾ ਕਰਵਾਉਣ ਤੋਂ ਅਸਮਰੱਥਾ ਜਤਾਈ ਹੈ ਸੋ ਵੱਡੀ ਖਬਰ ਆ ਦੋਸਤੋ ਇਹਨਾਂ ਸਟੇਟਾਂ ਦੇ ਵਿੱਚ ਹੁਣ ਚੋਣ ਕਮਿਸ਼ਨ ਕਹਿੰਦਾ ਮੇਰੇ ਤੋਂ ਚੋਣਾ ਨਹੀਂ ਹੋਣਗੀਆਂ ਕਾਰਨ ਕੀ ਆ ਦੋਸਤੋ ਤੁਸੀਂ ਚੈਨਲ ਦੇ ਪਾਈ ਹੋਈ ਦੂਜੀ ਵੱਡੀ ਵੀਡੀਓ ਵੀ ਦੇਖ ਸਕਦੇ ਹੋ ਸ਼ਾਰਟ ਵੀਡੀਓ ਵੀ ਦੇਖ ਸਕਦੇ ਹੋ ਪੰਜਾਬ ਦਾ ਨਾਮ ਚੋਣਾ ਕਰਾਉਣ ਦੇ ਵਿੱਚ ਕਿਉਂ